ਸ਼ੁਰੂ ਕੀਤੀ।
ਤਾਂ ਮਾਰਕਸ ਵਰਤਦਾ ਸੀ ਵੀ ਉਹਨਾਂ ਨੂੰ ਪਹਿਲਾਂ ਨੂੰ ਰਿਵਾਈਜ਼ ਕੀਤਾ ਸੀ, ਉਹਨਾਂ ਨੂੰ ਆਪਣੇ ਪ੍ਰਵਚਨਾਂ ਦਾ ਗੁਲਾਮ ਵੀ ਕਰਨਾ ਸੀ। ਇਸੇ ਤਰ੍ਹਾਂ ਦੂਸਰੀ ਜਿਹੜੀ ਉਹਨਾਂ ਦੇ ਮਨ ਜਿਹੜੀ ਚੀਜ਼ ਸੀ ਉਹਨਾਂ ਦੇ ਡੋਮੀਨੇਟ ਕਰਦੀ ਸੀ ਉਹ ਸੀ ਸਿੱਖੀ, ਸਿੱਖ ਧਰਮ, ਸਿੱਖ ਸਪਿਰਚੁਅਲ ਬਾਣੀ, ਕੀਰਤਨ, ਇਹ ਚੀਜ਼ਾਂ ਦਾ ਵੀ ਮਾਰਕਸਵਾਦ ਦੀ ਤਰ੍ਹਾਂ ਉਹਨਾਂ ਦੇ ਬਹੁਤ ਪ੍ਰਭਾਵ ਸੀ। ਤਾਂ ਇਹ ਵੀ ਉਹਨਾਂ ਨੂੰ ਕਦੇ ਵੀ ਟੈਰੀਟੋਰੀਅਲਾਈਜ਼ ਨਹੀਂ ਕਰ ਸਕਦਾ। ਇਸ ਪਾਸੋਂ ਵੀ ਉਹਨਾਂ ਨੇ ਆਪਣਾ ਮਨ ਪੂਰੀ ਤਰ੍ਹਾਂ ਖੁੱਲ੍ਹਾ ਰੱਖਿਆ। ਇਸ ਤੋਂ ਬਾਅਦ ਜਿਹੜੀ ਹੋਰ ਉਹਨਾਂ ਦੇ ਵਿੱਚ ਓਪਨ ਮਾਈਂਡ ਤੋਂ ਬਾਅਦ ਜਿਹੜੀ ਉਸੀ ਉਹਨਾਂ 'ਚ ਵੱਡੀ ਗੱਲ ਸੀ ਕਿਹਾ ਕਿ ਮੂਸਾ
ਵਕਤ ਨਾਲ ਇਹਨਾਂ ਦਾ ਦੋਸਤੀ ਆ ਉਹ ਜਗਬੀਰ ਸਿੰਘ ਨਾਲ ਚਾਰ ਸਾਲ ਵੱਧ ਆ ਅਤੇ ਚਾਰ ਸਾਲ ਸੀਨੀਅਰ ਨੇ। ਵੈਸੇ ਤਾਂ ਪਰਸਨ ਸਾਹਿਬ ਮੇਰੇ ਨਾਲ ਬਹੁਤ ਸੀਨੀਅਰ ਨੇ ਪਰ ਮੇਰੇ ਨਾਲੋਂ ਵੀ ਉਸ ਹਿਸਾਬ ਨਾਲ ਚਾਰ ਪੰਜ ਸਾਲ ਸੀਨੀਅਰ ਸਾਹਿਬ ਨਾਲ ਜਿਹੜੀ ਮੇਰੀ ਪਹਿਲੀ ਮੁਲਾਕਾਤ ਹੋਈ ਪਾਤਰ ਸਾਹਿਬ ਦੇ ਨਾਲੇ ਹੋਈ ਅੰਮ੍ਰਿਤਸਰ ਨਾਨਕ ਯੂਨੀਵਰਸਿਟੀ ਨਵੀਂ ਨਵੀਂ ਬਣੀ ਸੀ। ਮੈਂ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਸੀ ਤੇ ਸਪੀਕਰ ਸੀ ਇਹਨਾਂ ਨੇ ਅੰਮ੍ਰਿਤਸਰ ਕਿਸੇ ਮੈਂ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੇ ਨਾਲ ਜੁੜਿਆ ਹੋਇਆ ਸੀ। ਸਾਡਾ ਉੱਥੇ ਯੂਨੀਵਰਸਿਟੀ ਜਾਣ ਦਾ ਕਠਿਨਾ ਪ੍ਰੋਗਰਾਮ ਮੇਰਾ ਲਿਟਰੇਚਰ ਨਾਲ ਵਾਸਤਾ ਤਾਂ ਸੀ ਪਰ ਇਹ ਇਸ ਤਰ੍ਹਾਂ ਨਹੀਂ ਸੀ। ਜ਼ਿਆਦਾ ਮੇਰਾ ਜਿਹੜਾ ਸੰਬੰਧ ਸੀ ਉਹ ਸਟੂਡੈਂਟ ਯੂਨੀਅਨ ਨਾਲ ਸੀ। ਜਦੋਂ ਅਸੀਂ ਗਏ ਡਾਕਟਰ ਭਜਨ ਸਿੰਘ ਉਹਨਾਂ ਦਿਨਾਂ ਦੇ ਵਿੱਚ ਡਾਕਟਰ ਨੂਰ ਅਤੇ ਡਾਕਟਰ ਭਜਨ ਸਿੰਘ ਇੱਕ ਦੂਸਰੇ ਨਾਲ ਡਾਕਟਰ ਜਗਵੀਰ ਸਿੰਘ ਇਹ ਸਾਰੇ ਲੋਕ ਬਹੁਤ ਇੱਕ ਦੂਸਰੇ ਦੇ ਨੇੜੇ ਸੀ ਔਰ ਇਹਨਾਂ ਨੇ ਦਿੱਲੀ ਸਕੂਲ ਆਫ ਲਿਟਰੇਰੀ ਸਟੱਡੀਜ਼ ਦੇ ਨਾਂ 'ਤੇ ਇੱਕ ਇਨਫੋਰਮਲ ਦਿੱਲੀ ਯੂਨੀਵਰਸਿਟੀ ਦੇ ਵਿੱਚ ਇਨਫੋਰਮਲ ਗਰੁੱਪ ਦੇ ਵਿੱਚ ਇਹ ਇੱਕ ਗਰੁੱਪ ਸਟੱਡੀ ਜਿਹੜਾ ਪ੍ਰਮੁੱਖ ਤੌਰ 'ਤੇ ਸਟਰਕਚਰਲਿਜ਼ਮ ਦੇ ਨਾਲ ਜਦੋਂ ਅਸੀਂ ਉੱਥੇ ਗਏ ਮੇਰਾ ਉਸ ਵੇਲੇ ਜਿਹੜਾ ਸੰਬੰਧ ਸੀ ਉਹ ਡਿਫਰੈਂਟ ਸੀ ਮਾਰਕਸਵਾਦ ਨਾਲ ਸੀ ਕਿਉਂਕਿ ਪੰਜਾਬ ਸਟੂਡੈਂਟ ਯੂਨੀਅਨ ਉਸ ਵੇਲੇ ਕਾਫੀ ਗੰਭੀਰ ਮਾਰਕਸਵਾਦ ਨਾਲ ਪ੍ਰਭਾਵਿਤ ਸੀ। ਜਦੋਂ ਡਾਕਟਰ ਭਜਨ ਸਿੰਘ ਉਹਨਾਂ ਨੇ ਪੋਇਟਰੀ ਬਾਰੇ ਗੱਲ ਕੀਤੀ ਕਿ ਉਹਦੇ ਜਿਹੜਾ ਇੱਕ ਸਟਰਕਚਰ ਬਾਰੇ ਗੱਲ ਕੀਤੀ ਕਿ ਕਿਵੇਂ ਇੱਕ ਪੋਇਟ ਦੇ ਸਟਰਕਚਰ ਦੇ ਵਿੱਚ ਹੀ ਸਾਰਾ ਕੁਛ ਪਿਆ ਹੁੰਦਾ ਤਾਂ ਮੈਂ ਸਭ ਨੂੰ ਪੁੱਛਿਆ ਮੈਂ ਬੋਲਣਾ ਕਦੇ ਬੋਲਦਾ ਬਾਅਦ ਦੇ ਵਿੱਚ ਅਤੇ ਮੈਂ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਕਿ ਮੈਂ ਸਾਇੰਸ ਦੇ ਨਾਲ ਜੁੜਿਆ ਹੋਇਆ ਸੀ ਉਹਨਾਂ ਨੂੰ ਮੈਂ ਥੋੜ੍ਹਾ ਜਿਹਾ ਉਹਦੇ 'ਤੇ ਕਾਗਜ਼ 'ਤੇ ਬਣਾ ਕੇ ਇਹਨਾਂ ਨੂੰ ਦੱਸਿਆ ਕਿ ਕਿਵੇਂ ਜਿਹੜਾ ਸਟਰਕਚਰ ਆ ਉਹਦੇ ਵਿੱਚ ਸੰਭਾਵਨਾ ਦੇ ਵਿੱਚ ਹੀ ਪਈਆਂ ਹੁੰਦੀਆਂ ਨੇ ਆਪਣੇ ਇਨਵਾਇਰਮੈਂਟ ਦੇ ਨਾਲ ਜੁੜਨ ਦੀਆਂ ਕਿਵੇਂ ਉਹ ਸੋਸਾਇਟੀ ਤੋਂ ਇਨਫਲੂਐਂਸ ਹੁੰਦਾ ਕਿਵੇਂ ਉਹ ਆਪਣੀ ਹਿਸਟਰੀ ਤੋਂ ਇਨਫਲੂਐਂਸ ਹੁੰਦਾ ਕੋਈ ਵੀ ਸਾਇੰਸ ਅਤੇ ਸੋ ਮੈਂ ਉਹ ਜਿੰਨੀ ਵੀ ਉਸ ਵੇਲੇ ਸੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਮੈਨੂੰ ਬੜੀ ਪੂਰੀ ਤਰ੍ਹਾਂ ਨਾਲ ਉਹਨਾਂ ਨੇ ਸਾਥ ਦਿੱਤਾ। ਇਸ ਤਰ੍ਹਾਂ ਦੀ ਗੱਲ ਹੁੰਦੀ ਜੇ ਤੇਰੇ ਕੋਲ ਕੋਈ ਗੱਲ ਹੈ ਤਾਂ ਇੱਕ ਪੁਆਇੰਟ ਲੈ ਕੇ ਉੱਤੇ ਕੰਮ ਕਰ ਅਤੇ ਦੱਸ ਕੇ ਪੁਆਇੰਟ ਨੂੰ ਹੋਰ ਡਿਫਰੈਂਟ ਤਰ੍ਹਾਂ ਨਾਲ ਸਟੱਡੀ ਕੀਤਾ ਜਾ ਸਕਦਾ। ਮੈਂ ਉਸ ਤੋਂ ਬਾਅਦ ਪਾਤਰ ਸਾਹਿਬ ਦੇ ਪੋਇੰਟ ਹੁਣ ਘਰਾਂ ਨੂੰ ਵਰਤਣਾ ਉਹ ਵੀ ਕੀ ਕੇਸ ਕਿ ਕਾਫੀ ਸਾਰੀਆਂ ਪੋਇੰਟਸ ਇੱਕ ਡੱਬੇ 'ਚ ਪਾ ਲਈਆਂ ਟਰਕਾ ਕੇ ਅਤੇ ਫਿਰ ਇੱਕ ਉਹ ਪਰਚੀ ਕੱਢੀ ਉਹ ਹੁਣ ਘਰਾਂ ਨੂੰ ਵਰਤਣਾ ਦੀ ਆ ਗਈ ਅਤੇ ਮੈਂ ਹੁਣ ਘਰਾਂ ਨੂੰ ਵਰਤਣਾ ਦੇ ਉੱਤੇ ਫਿਰ ਇੱਕ ਪੁਸਤਕ ਲਿਖੀ ਮਿਲੀ ਮੇਰੀ ਪੁਸਤਕ ਉਹ ਸੀ ਜਿਹੜੀ ਸੀ ਇੱਕ ਹਫ਼ਤਾ ਦਾ ਅੰਤਿਮ ਉਹਦੇ ਵਿੱਚ ਪਾਤਰ ਸਾਹਿਬ ਦੀ ਪੋਇੰਟ ਲੈ ਕੇ ਉਹਦੇ 'ਤੇ ਚਾਰ ਚੈਪਟਰ ਸੀਗੇ
क्रिएटिव प्रोसेस की गया, एक पूरी ऑर्गेनाइजेशन स्ट्रक्चर की गया, थर्ड के उत्तीर्ण को मतलब कम्युनिकेट करने को दिया, फिर सोशियोलॉजी सोसाइटी ने नाम लगा दिया इस तरह से। तो इस तरह मैं एक किताब लिखी जिन्हें के उस पर ले जिन्होंने उसमें पोस्ट स्ट्रक्चरिज्म कहने हैं जिधर बेहतर कुछ कमियां जो वो टाइम सी जो एस्पेक्ट में जिन्हें इनसाइट्स की हैं उन्हें नवीनता नाल पढ़ना शुरू किया गया सी। जब स्ट्रक्चरिज्म को बात पामें उस स्ट्रक्चरिज्म नाल रिलेटेड तो देखा गया सी पर उसके फर्क का नाल अपना भी कोई हो रही सी ऐसे दा दावी काम पढ़े कोई करके आ रहा सी। सो उस वेले मैं देखा कि नूर साहब जिन्हें कि बहुत जोर दे नाल उस स्ट्रक्चरिज्म नाल जुड़े हुए सी डॉक्टर ने भजन सिंह नाल जुड़े हुए थे उस खास स्कूल नाल जुड़े हुए थे तो उन्होंने मैंने इंटरेस्ट किया कि यूट्यूब दिस बात तो काम कर तो उस किताब का जरा पहला रिव्यू हुआ नूर साहब जी मैं समझना वो भी एक कार्य लेखा तो डॉक्टर जगबीर सिंह ने कहा मैं कहा हाँ डॉक्टर ਉਹ ਦਾ ਡਾਕਟਰ ਭਜਨ ਸਿੰਘ ਨਾਲ ਜਿਹੜਾ ਡਿਸਟੈਂਸ ਆ ਉਹਦੇ ਵਿੱਚ ਇਸ ਗੱਲ ਨੂੰ ਜ਼ੋਰ ਦੇ ਕੀਤਾ ਕਿ ਡਾਕਟਰ ਨੂਰ ਨੇ ਉਹਨਾਂ ਲੋਕਾਂ ਨੂੰ ਉਹਨਾਂ ਲੇਖਕਾਂ ਨੂੰ ਉਹਨਾਂ ਸੋਚਾਂ ਨੂੰ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀਆਂ ਸੋਚਾਂ ਫੋਰਮਲਿਜ਼ਮ ਦੇ ਨਾਲ ਨਹੀਂ ਸੀ ਮਿਲਦੀਆਂ ਮੈਂ ਸਮਝਦਾ ਕਿ ਉਸ ਵੇਲੇ ਜਿਹੜੇ ਉਹਨਾਂ ਦੇ ਹੈਡ ਆਫ ਡਿਪਾਰਟਮੈਂਟ ਸੀ ਉਹ ਉਹਨਾਂ ਦੇ ਗੁਰੂ ਸੀ ਸਭ ਕੁਛ ਸੀ ਉਹਨਾਂ ਨੇ ਡਾਕਟਰ ਭਜਨ ਸਿੰਘ ਦੀ ਥਾਂ ਮੇਰਾ ਸਾਥ ਤੇ ਮੇਰੀ ਕਿਤਾਬ ਨੂੰ ਉਹਨਾਂ ਨੇ ਇਸ ਹੱਦ ਤੱਕ ਪ੍ਰਮੋਟ ਕੀਤਾ। ਸੋ ਇਹ ਮੈਂ ਇਸ ਗੱਲ ਕਰਕੇ ਕਹਿ ਰਿਹਾ ਕਿ ਜਿਹੜੀ ਗੱਲ ਉਹਨਾਂ ਦੀ ਪਹਿਲੀ ਜਿਹੜੀ ਉਹਨਾਂ ਦੀ ਜਿਹੜੀ ਕੁਆਲਿਟੀ ਸੀ ਉਹ ਸੀ ਓਪਨ ਮਾਈਂਡ ਕਿ ਉਹ ਕਿਵੇਂ ਹਰ ਚੀਜ਼ ਨੂੰ ਕਿਸੇ ਤਰ੍ਹਾਂ ਦੀ ਵੀ ਟੈਲੈਂਟ ਰਿਅਲਾਈਜੇਸ਼ਨ ਤੋਂ ਹਮੇਸ਼ਾ ਦੂਰ ਰਹੇ ਇਸੇ ਤਰ੍ਹਾਂ ਜੇ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਉੱਪਰ ਦੇਖਾਂ ਫਿਰ ਉਹਨਾਂ ਨੇ ਕਰੇਜ ਬੜਾ ਸੀ ਉਹਨਾਂ 'ਚ ਡਿਸਪਲਿਨ ਦੀ ਬੜੀ ਵੱਡੀ ਸ਼ਕਤੀ ਸੀ ਉਹ ਲਿਟਰੇਚਰ ਨਹੀਂ ਕਲਚਰ ਨਹੀਂ ਕੁਛ ਵੀ ਕਰ ਸਕਦੇ